ਖੁਸ਼ ਰਹੋ ਜੀ ਚੋਈ ਮੁਹੰਮਦ ਫਾਰੂਕ ਸ਼ੌਂਤਰਾ ਚੋਈ ਮੁਹੰਮਦ ਸ਼ਰੀਫ ਸਾਹਿਬ ਤੇ ਸ਼ਰੀਫ ਲਿਆਓ 60,000 ਰੁਪਇਆ ਨਿਕਾਲੇ ਔਰ ਚੌਧਰੀ ਫਾਰੂਕ ਸਾਹਿਬ ਕੋ ਪੇਸ਼ ਕਰੇ ਏਕ ਪਗੜੀ ਕੇ ਸਾਥ ਕਿਉਂਕਿ ਫਿਰ ਪੱਗ ਬੰਨ ਕੇ ਨਮਾਜ਼ ਪੜਿਆ ਕਰ ਸਨ ਇਨਸ਼ਾ ਅੱਲਾ ਅਬੂ ਬਕਰ ਸਾਹਿਬ ਆ ਗਏ ਥੈਲਾ ਲੈ ਕੇ ਆਓ ਜੀ ਬੰਦਾ ਇੱਕ ਪੱਗ ਵਸੂਲ ਕਰੋ ਤੇ 60,000 ਰੁਪਇਆ ਚੋਈ ਫਾਰੂਕ ਸਾਹਿਬ ਅਸਲ ਫਾਰੂਕ ਆ ਰਹੇ ਸਾਨੂੰ ਪਤਾ ਲੱਗੇ ਅਸੀਂ ਪਤਾ ਨਹੀਂ ਕਿਹਨੂੰ ਕਿਹਨੂੰ ਫਾਰੂਕ ਸਮਝੀ ਜਾ ਰਹੇ ਉਹ ਖੈਰ ਹੈ ਖੋਪੇ ਝੱਟ ਚੜੇ ਨੰਬਰ ਤਾਂ ਗਏ ਪੰਜਾਲੀ ਬਣਨਗੇ ਫੌਜੀ ਖਾਦਮ ਹੁਸੈਨ ਸਾਹਿਬ ਸਤਵਾਲ ਕਲਾਂ ਉਹਨਾਂ ਤੋਂ ਬਾਅਦ ਆਜੀ ਚੌਧਰੀ ਮੁਹੰਮਦ ਹੁਸੈਨ ਆਲ ਮਾਰੂ ਬਾਬਾ ਫਜ਼ਲੂ ਮਰਹੂਮ ਕਖਰਾਲੇ ਉਹਨਾਂ ਤੋਂ ਬਾਅਦ ਚੌਧਰੀ ਸਾਜਦ ਨੂਰਕਾ ਰਣਧੀਰ ਬਾਗੜੀਆਂ ਓ ਆਇਆ ਬਿਲਕੁਲ 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 ਇਹ ਜਨਾਬ ਪੱਗ ਨਾਲ ਨਮਾਜ਼ ਪੜਨਗੇ 60,000 ਚੋਂ ਕੁਝ ਟੋਲੀਆਂ ਨੂੰ ਦੇਣਗੇ ਕੁਝ ਮਸੀਤੀ ਦੇਣਗੇ ਕੁਝ ਦਾਨਾਂ ਨੂੰ ਛੋਲੇ ਪਾਉਣਗੇ ਇਨਸ਼ਾ ਅੱਲਾ ਸੋਟੀ ਵਾਲੇ ਜਿਹਨਾਂ ਸਿੱਧਾ ਤੇਰਾ ਵੀ ਫੋਟੋ ਵਾਲਾ ਬਾਹਰ ਪਤਾ ਲੱਗਿਆ ਜਿਹਨਾਂ ਸਿਹਤਮੰਦ ਬੜੇ ਬੜੇ ਸਿਹਤਮੰਦ ਨੇ ਪਾਕਿਸਤਾਨ ਦੇ ਜੇ ਤੈਨੂੰ ਤਾਂ ਕਹਿੰਦੇ ਬੇਹੋਸ਼ ਨਾ ਹੋਏ ਤਾਂ ਨਹੀਂ ਤੂੰ ਤੂੰ ਨਾਲ ਹੋਈ ਨੂੰ ਛੋੜ ਤੂੰ ਵੱਡੇ ਇਸ਼ਾਰੇ ਕੀਤੇ ਨੇ ਗੱਲ ਕਰ ਲਿਆ ਤੇ ਮੈਂ ਬੰਦੇ ਪਛਾਣਦਾ ਪਿਆ ਜਿਹੜੇ ਜਿਹੜੇ ਇਸ਼ਾਰੇ ਕਰੀ ਜਾਂਦੇ ਹੈਂ ਕਿੱਥੇ ਮੈਂ ਸਿੱਖਣ ਆਇਆ ਤੁਹਾਡੇ ਕੋਲ ਚਾਚੇ ਨੂੰ ਪੱਗ ਵਾਲੇ ਨੂੰ ਵਿੱਚ ਕਰੋ ਹਾਂ ਗੋਰੇ ਤੱਕਣ ਵਾਲੀਏ ਜੇ ਪੱਗਾਂ ਵਾਲੇ ਵੀ ਪਾਕਿਸਤਾਨ 'ਚ ਹੁੰਦੇ ਆ ਜੀਂਦਾ ਰਹੋ ਅੱਲਾ ਤੈਨੂੰ ਖੁਸ਼ ਰੱਖੇ ਕੱਲਾ ਤਾਂ ਅਸੀਂ ਤੈਨੂੰ ਤੱਕਦੇ ਹਾਂ ਫੌਜੀ ਖਾਦਮ ਹੁਸੈਨ 60,000 ਪਗੜੀ ਫਾਰੂਕ ਸਾਹਿਬ ਨੇ ਵਸੂਲ ਕੀ ਥੈਂਕ ਯੂ ਵੈਰੀ ਮਚ ਇਹ ਢੋਲੀਆਂ ਨਾਲ ਕੁਝ ਕਰ ਜਿਹੜੇ ਫੌਜੀ ਕਿੱਥੇ ਉਹ ਬੰਦ ਕਰ ਦਿਆ ਕਰੋ ਢੋਲ ਉਹ ਆਨਾ ਦੁਆਰੀ ਲੈ ਕੇ ਬੰਦ ਕਰ ਦੇਈਦਾ ਤੁਹਾਨੂੰ ਕੋਈ ਨਹੀਂ ਕਿਸੇ ਸਿਖਾਈ ਕੋਈ ਨਹੀਂ ਦਾਨਾ ਦਾ ਖਾੜਾ ਡਮ ਡਮ ਕਰੀਦਾ ਪੈਸੇ ਦੇਣ ਬੰਦ ਕਰ ਦੇਈਦਾ ਪਿਛਾ ਹੋ ਜਾਓ ਤੁਹਾਡੇ ਕੋਲ ਢੋਲ ਤਾਂ ਵਜਵਾਉਂਦੇ ਹੀ ਕੋਈ ਨਹੀਂ ਮੈਂ ਵਜਵਾਇਆ ਕੋਈ ਨਹੀਂ ਤਾਂ ਵੀ 500 ਰੁਪਈਆ ਤੱਕ ਆ ਜਾਓ ਫੌਜੀ ਖਾਦਮ ਹੁਸੈਨ ਆ ਗਿਆ ਖੁਸ਼ ਰਹੋ ਫੌਜੀਆ ਚੌਧਰੀ ਮੁਹੰਮਦ ਫਾਰੂਕ ਸ਼ੌਂਤਰਾ ਫੇਰੇ 100 ਸਾਢੇ 73 ਆ ਯਾਰ ਯਾਦ ਹੀ ਨਹੀਂ ਰਹੀ 60,000 ਨਾਲ